ਕਰਕੇ ਜ਼ਿੰਦਗੀ ਦਰਾਂ ਹੋਏ ਛਲ ਜਗਤ ਜੀਓ ਸਲਾਮਤ ਹੋ ਦਿਲ ਵਿੱਚ ਅਲੀ ਦਾ ਘਰ ਹੋ ਇੰਦਾ ਮੇਰੇ ਦੁਹਾ ਜ਼ਬਾਂ ਤੇ ਇਨਸਾਨੀ ਕੋ ਵਾਹਦ ਇਨਸਾਨੀ ਕੋ ਵਾਹਦ ਮਜ਼ਾ ਜ਼ਿੰਦਗੀ ਦਰਾ ਹੋਏ ਕੋਈ ਅੱਬਾ ਕੀ ਜੋ ਬੈਠੀ ਇਹ ਮੈਂ ਤੱਕ ਖਾਂਦਾ ਪਿਆ ਨਾ ਬੋਲੇ ਜੀ ਬਪਾਣਾ ਹੈ ਜਾਂ ਬੋ ਠੀਕ ਤਾਂ ਠੀਕ ਹੈ ਦੇਖ ਤਾਂ ਸੋਹਣਾ ਮੇਰੋ ਜ਼ਿੰਦਗੀ ਦਰਾ ਹੋਏ ਪੂਰਾ ਮਜਮਾ ਮੇਰੇ ਬਜ਼ੁਰਗ ਜੀ ਅਬਾ ਸੱਤਰ ਕਾਬੇ ਲਗਾਓ ਅੱਬਾ ਸਹੀ ਸੱਤਰ ਕਾਬੇ ਲਗਾਓ ਅੱਛਾ ਉਹ ਸੱਤਰ ਕੈਸੀ ਉਹ ਕੌਣ ਹੈ ਉਹ ਬੰਦਾ ਮਨਹੂਸ ਨਜ਼ਰ ਦੇ ਬੰਦਾ ਮਨਹੂਸ ਨਜ਼ਰ ਦੇ ਓ ਬੰਦਾ ਮਨਹੂਸ ਨਜ਼ਰ ਦੇ ਉਹ ਸਾਕੂ ਜਾਸੂਸ ਬੇਦਾਰ ਸੀ ਬੇਦਾਰ ਸੀ ਹੁਣ ਉਹ ਬੰਦੇ ਤਾਂ ਤਵਜੋ ਹੈ ਕੈਸਾ ਉਹ ਕੌਣ ਹੈ ਆਸੀ ਮਹੂਮ ਇਹ ਸਾਡੇ ਅਜ਼ੀਜ਼ ਹਨ ਸਾਡੇ ਛੋਟੇ ਭਾਈ ਹਨ ਕਿ ਬੋਲਾ ਸੈਦ ਇਤਰਤ ਸ਼ਾਹ ਸਾਹਿਬ ਇਤਰਤ ਬਾਦਸ਼ਾਹ ਜਾਂ ਮਰੇ ਵਾਲੇ ਕਿ ਬੋਲਾ ਇਹ ਨਹੀਂ ਮੇਰੇ ਕੋਲੋਂ ਹੀ ਮੈਂ ਸਿੱਧੇ ਨਹੀਂ ਲੱਗਿਆ ਗੁਲਾਮ ਬਸ ਤੂੰ ਹੀ ਆ ਹੁਣ ਤਲਾੜਾ ਤੇ ਹੀ ਆ ਜਿਹੜਾ ਲੱਗਾ ਗਏ ਹੁਣ ਅਸਾਂ ਸੱਚ ਹੈ ਫਰਬੇਦਨ ਉਹ ਬੰਦਾ ਅਸਲ ਤਾਂ ਸਰਦੀ ਖਾਦੀ ਖੜੀਏ ਸਾਕੋ ਉਹ ਬੰਦਾ ਅਬਾ ਉਹ ਬੰਦਾ ਮਨਹੂਸ ਨਜ਼ਰ ਦੇ ਅੱਛਾ ਉਹ ਸਾਕੂ ਬੋਲੋ ਉਹ ਸਾਕੂ ਜਾਸੂਸ ਨਜ਼ਰ ਦੇ ਕਿਹੜਾ ਬੰਦਾ ਹੈ ਚਾਡਾ ਕੂ ਜੋ ਨੂਰ ਨਾ ਸਮਝੇ ਹੈ ਆਯਾਤ ਦਾ ਮੁਨਕੇ ਜ਼ਿੰਦਗੀ ਦਰਾਂ ਹੋਏ ਬਿਸਮਿਲ੍ਲਾਹ ਵਾ ਹੈਦਰੀ ਓ ਬੰਦਾ ਓ ਬੰਦਾ ਮਨਹੂਸ ਨਜ਼ਰ ਦੇ ਓ ਸਾਕੂ ਜਾਸੂਸ ਨਜ਼ਰ ਦੇ ਕਿਹੜਾ ਚੌਡਾ ਕਿਉਂ ਨਾ
ਜ਼ਿੰਦਗੀ ਹੋਏ ਜ਼ਿੰਦਗੀ ਦਰਾਂ ਹੋਏ ਮਰਵਾਨ ਇਕੂ ਆ ਦਿਨ ਮਰਵਾਨ ਇਕੂ ਆ ਦਿਨ ਮਰਵਾਨੀ ਕੂ ਅੱਛਾ ਹੁਣ ਸੱਤਰ ਕਾਬਿਲ ਗਾਓ ਹਾਏ ਹਾਏ ਕਿਆ ਲੈ ਕੇ ਆਸ ਵਿਸ਼ਾ ਬੀਬੀ ਉਹਦੇ ਦਰਜਾ ਬੁਲੰਦ ਕਰੇ ਅੱਬਾ ਸਾਈਂ ਆਸ ਵਿਸ਼ਾ ਇਹ ਸੱਤਰ ਲਿਖੀਏ ਕਿਆ ਸਮਝਾਇਆ ਇਸ ਕੌਮ ਕੋ ਫਰਮੇਂਦਨ ਹੁਰ ਵਾਂਗੂ ਹੁਰ ਵਾਂਗੂ ਹੁਰ ਵਾਂਗੂ ਤਕਦੀਰ ਬਦਲ ਦੇ ਹੁਰ ਵਾਂਗੂ ਹੁਰ ਵਾਂਗੂ ਤਕਦੀਰ ਬਦਲ ਦੇ ਤੂੰ ਆਪਣੀ ਤਦਬੀਰ ਬਦਲ ਦੇ ਇਹਦੇ ਬੱਚੇ ਬੈਠੇ ਨਾ ਬੱਚੇ ਬੱਚੇ ਦਾ ਕੰਮ ਨਹੀਂ ਹੈ ਕਲਾਮ ਸੁਣਾ ਜਿਹੜੇ ਪੱਕੇ ਪੱਕੇ ਲੋਕ ਬੈਠੇ ਅੱਜ ਸਭ ਲਿਖਿਆ ਕਿਆ ਬਾਬਾ ਇਤਰਤ ਅਬਾਸ ਖਾਦਮ ਸ਼ਾਹ ਅੱਜ ਲਿਖਿਆ ਲਿਖੇ ਲਿਖਿਆ ਜੋ ਕਈ ਕੁ ਸੁਣਾਵਾਂ ਕਈ ਕੁ ਸਮਝਾਵਾਂ ਇਹਨੇ ਛੋਰੇ ਕੋ ਨਾ ਹੋਰ ਵਾਂਗੂ ਤਕਦੀਰ ਬਦਲ ਦੇ ਤੂੰ ਆਪਣੀ ਤਦਬੀਰ ਬਦਲ ਦੇ ਬਦਲ ਦੇ ਬਲ ਤੁਹਾਡਾ ਮਿਆਰ ਅਜ਼ਮਤ ਕਿਆ ਹੈ ਫਰਮੇ ਦਾ ਲੁਤਫ ਹੈ ਇਸ ਤੱਕ ਪਾਲ ਜਕੀਤੇ ਪਿਓ ਅਕਬਰ ਦਾ ਅੱਲਾਹ ਅਕਬਰ ਅੱਲਾਹ ਅਕਬਰ ਸੱਤਰ ਦੇ ਨਾਲ ਚੱਲੀ ਲਿਖਿਆ ਕਿਆ ਆ ਫਰਮੇਂਦਰ ਹੋਰ ਵਾਂਗੂ ਤਕਦੀਰ ਬਦਲ ਦੇ ਤੂੰ ਆਪਣੀ ਤਦਬੀਰ ਬਦਲ ਦੇ ਲੁਤਫ ਹੈ ਇਸ ਤੱਕ ਪਾਲ ਜਕੀਤੇ ਪਿਓ ਅਕਬਰ ਦਾ ਆਵੇ ਲੁਤਫ ਹੈ ਇਸ ਤੱਕ ਪਾਲ ਜਕੀਤੇ ਪਿਓ ਅਕਬਰ ਦਾ ਆਵੇ ਖੁਲਦ ਦਾ ਮਾਲਕ ਖੁਲਦ ਦੇ ਅੰਦਰ ਖੁਦ ਤੈਨੂੰ ਲੈ ਜਾਵੇ ਕੌਸਰ ਅੱਲਾਹ ਅਕਬਰ ਤਕਦੀਰ ਤੂੰ ਬਦਲ ਲੁਤਫ ਇਵੇਂ ਇਆਂ ਸੀ ਹੋਰ ਵਾਂਗੂ ਤਕਦੀਰ ਬਦਲ ਦੇ ਹੋਰ ਵਾਂਗੂ ਤਕਦੀਰ ਗੁਰਵਾਂਗੂ ਤਕਦੀਰ ਬਦਲ ਦੇ ਤੂੰ ਆਪਣੀ ਤਦਬੀਰ ਬਦਲ ਦੇ ਲੁਤਫ ਹੈ ਇਸ ਤੱਕ ਪਾਲ ਜਕੀਤੇ ਪਿਓ ਅਕਬਰ ਦਾ ਆਵੇ ਲੁਤਫ ਹੈ ਇਸ ਤੱਕ ਪਾਲ ਜਕੀਤੇ ਪਿਓ ਅਕਬਰ ਦਾ ਆਵੇ ਖੁਲਦ ਦਾ ਮਾਲਕ ਖੁਲਦ ਦਾ ਅੰਦਰ ਖੁਦ ਤੈਨੂੰ ਲੈ ਜਾਵੇ ਕੌਸਰ ਅਲੀ ਪਿਲਾਵੇ ਖਾ
जिंदगी को क्या पता हुसैन की मजलिस से बैठी मैं तेको कुछ नहीं याद आ अगर को मैं कुछ इजाजत दे बया तुसा जे को मैं सीधा कर छोना जो ई रंग च नारा मरवी दे या रुवी दे जिंदगी दरा हुए जुमला वो पढ़ता लेकिन हुन तरतीब में आ गई है अच्छा बत प्यादा हो रुवांगू हाय 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 तकदीर बदल दे तू अपनी तदबीर बदल दे लुत्फ है इस तक बाल दे कीते प्यू अकबर दा आवे लुत्फ है इस तक बाल दे कीते प्यू अकबर दा आवे खुलद दा मालिक खुलद दा अंदर खुद तैनू ले जावे कौशर अली पिलावे खाने बतूल भेजे हे मेहमान मारफत मारफत पैदा कर तेरे सामने सैयद फकीर का पढ़ दे मेहमान इको आदन बाबा भैया उलाम बात बचड़ा सत्ता रे हूं आखरी है जिंदान दे विच हुसैन इस्तकबाल वास्ते सी ना 1950 जख्म दा कुट होया हुसैन हाय हाय सदके थे पावा मेहमान एक वादन इंसान एक वादन बाबा सही थोड़ी मौजूदगी आसफी साहब सत्ता लिखी है मकता लिखे कलम दे नाल सफर कराए इंसान एक वादन मेहमान एक वादन जुमला वो पढ़ था लेकिन जिम्मे तरतीब है भैया लड़दा मेरे पास लिखा है मेरे बुजुर्ग जी पूरा मजमा जिंदान जिंदान भीड़ ते भिरा दी गुफ्तगू लुत्फ है इस तक पीते प्यू अकबर दावे लुत्फ है इस तक बाल लकीते प्यू अकबर दावे लुत्फ है इस तक पूरा मजमा मेरे पीछे दो सैयद बेटे मेरे पातरी कहे हूं मकता जिंदान दे विच जिंदान दे विच भीड़ भिरा में दी गुफ्तगू गुलामबाद आसफी साहब मरहूम ये सत्ता लिखी है भीड़ भिरा दी गुफ्तगू भिरा की हो जाए अखी विच रत है भीड़ दी कंड जख्मी है कन जख्मी दुहाए जख्मी भीड़ ते भिरा गुफ्तगू क्या लिखी है जी फरमेंद्र खादिम खादिम गम बर्दाश्त नहीं होंदा दिल है खून दे आंसू रोंदा धी मजलूम दीरो कर पूछिया दस वीरां दी शाने धी मजलूम दीरो कर
ਹਾਏ ਹਾਏ اور میرے بھائی دا حکم ہے جو مقتلا لا مرسی آئی پان تے باندی پاڑ پڑا بان لٹی کی میں گئی ہے علی دی تھی ہائے ہائے جے دے پیو دے کمی عرش دے ਵਸਦੇ ਮਾਰਾ ਦੀ ਸ਼ਹਜ਼ਾਦੀ ਉਹ ਹੈਰਾਨ ਮੈਂ ਵਿੱਚ ਮਕਤਲ ਦੇ ਵਧੀ ਗੋਲ ਲਾ ਅੱਛਾ ਵਧੀ ਗੋਲ ਲਾਸ਼ ਭਰਾ ਦੀ ਅੱਛਾ ਕੈਫੀਅਤ ਕਿਆ ਹੈ ਹਨ ਹੱਥ ਪਾਪਦ ਵਿੱਚ ਰਸੀਆ ਦੇਵੋ ਬਈਹਾਈ ਮੋਹਤਾਜ ਰਿਦਾ ਦੀਓ ਤੇ ਮਿਲੇ ਵੀਰ ਦੀ ਲਾਸ਼ ਦੇ ਨੌ ਟੁਕੜੇ ਵਾਹ ਕਿਸਮਤ ਆਉਣ ਦੀ ਅੱਛਾ ਮੇਰੇ ਪਾਸ ਲਿਖਾ ਹੈ ਇੱਥਾ ਹੀ ਇੱਕ ਵੀ ਆ ਬੰਦ ਪੜਦਾ ਅੱਧਾ ਪੂਰਾ ਬੰਦ ਨਾ ਅੱਧਾ ਬਾਬਾ ਅਮੀਰ ਹੁਸੈਨ ਸ਼ਾਹ ਕਰਬਲਾ ਅਮੀਰ ਹੁਸੈਨ ਸ਼ਾਹ ਡੇਰੇ ਵਾਲੇ ਬਾਬਾ ਅਮੀਰ ਹੁਸੈਨ ਸ਼ਾਹ ਚਿੱਟੀ ਦਾੜੀ ਵਾਲੇ ਉਹ ਬੰਦ ਪੜਦੇ ਰਹਿੰਦੇ ਆਏ ਮੁਸਲਮਾਨਾਂ ਦੀ ਕਮ ਜ਼ਰਫੀ ਤੇ ਸਾਦਾਤ ਕੋ ਖੂਨ ਰਵਾ ਗਈ ਤੇ 1400 ਸਾਲ ਚ ਕਹੀ ਨਹੀਂ ਪੁੱਛਿਆ ਕਿਉਂ ਸ਼ਾਮ ਤੇ ਆਨ ਦਿਮਾਗ ਕਿਹੜਾ ਜੁਰਮ ਬਤੂਲ ਦੀ ਦੀਦਾ ਹਾਂ ਬਿਲ ਕਫਨ ਦੇ ਛੋੜ ਹਾਏ ਹਾਏ ਅੱਛਾ ਮੇਰੇ ਪਾਤਰ ਕੀ ਕਾਫੀ ਤਾਦਾਦ ਜ਼ਾਕਰੀਨ ਤਸ਼ਰੀਫ ਫਰਮਾਇਣ ਅਸਾਂ ਵੀ ਬਾਣੀ ਦੀ ਅਸੀਅਤ ਅਬਾਤਾਂ ਹੀ ਹੁਕਮ ਦਿੱਤੇ ਹੁਣ ਮੇਰੇ ਪਾਸ ਰੇ ਕੀ ਅੱਛਾ ਆਈਏ ਮਕਤਲੇ ਚ ਆਈ ਗੁਲੇ ਦੀ ਰਹੀ ਬਿਰਾ ਕੋ ਬੀਬੀ ਗੁਲੇ ਦੀ ਰਹੀ ਟਾਈਮ ਖਤਮ ਥੀ ਗਿਆ ਟਾਈਮ ਚੋਕਾ ਹੁਣ ਹੀ ਥਾਈ ਮੇਰੇ ਪਾਸ ਰੇ ਕੀ ਜੀ ਮੇਰੇ ਪਾਸ ਰੇ ਕੀ ਪੁਰਾਣੀ ਜ਼ਾਕਰੀ ਦਾ ਮੈਂ ਰਮਦ ਰੱਖਣ ਵਾਲਾ ਜੀ ਪੈਦਲ ਤੇਰੀ ਜ਼ਾਕਰੀ ਹੈ ਅਸਾਂ ਉਹਦੇ ਆਖਰੀ ਪੂਰੇ ਚ ਆਏ ਪੈਦਲ ਜ਼ਾਕਰੀ ਹੈ ਸਾਡੇ ਤੋਂ ਬਾਅਦ ਕਾਰਾਂ ਜੀ ਪਾ ਹੈ ਸੁਣਦੇ ਪਏ ਹੋ ਜ਼ਿੰਦਗੀ ਦਰਾਜ ਹੋਏ ਬਿਰਾ ਨਜ਼ਰ ਨਹੀਂ ਆਇਆ ਬੇਨੀ ਚੁੱਪ ਕਰਕੇ ਟੁਰ ਪਏ ਇੱਕ ਵੇ ਦੇ ਗੱਲ ਚ ਬਾਂਹ ਪਾ ਕੇ ਆ ਜਿਮ ਟਾਈਮ ਹੀ ਮੁੱਕ ਗਏ ਬਿਰਾ ਹੀ ਨਜ਼ਰ ਨਹੀਂ ਆਇਆ ਆਹ ਵੱਲ ਜੁਲੋ ਛੋਟੀ ਭੈਣ ਕੁਆ ਦੀਏ ਜਿਹੜਾ ਛੋਟੀ ਭੈਣ ਕੁਆ ਕੇਸ ਜੋ ਆ ਵੱਲ ਜੁਲੂ ਉਹ ਮਲੇ ਪੱਥਰਾਂ ਦੇ ਢੇਰ ਚੋ ਆਵਾਜ਼ ਆਈ ਅੰਮਾ ਦੀ ਜਾਈ ਆਈ ਤੇ ਨੇੜੇ ਖੜੀ ਹੈ ਮੈਂ ਸੱਚੇ ਤੀ ਪਾ ਸੁਭਾਨ ਅੱਲਾ ਆਈ ਤਾਂ ਨੇੜੇ ਖੜੀ ਹੈ ਅੱਛਾ ਪੱਥਰ ਹਟਾਏ ਤੀਰ ਹਟਾਏ ਨੇਜ਼ੇ ਹਟਾਏ ਹਟ ਗਏ
ہٹ گئے اونے تھئی ایک لفظ اے لفظ فدا حسین جھنڈیر دا ملک فدا حسین جھنڈیر دا اے اونے دا لفظ اے بھرا دی لاش نظر آئی کپے گل تے بی بی جھکی بوسا دتا آواز اے حسین کوئی او جی زمین کیتی مدا ویر بھیڑ دا بچہ کچھ نہیں ہائے 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 بھیڑ صدقے بچہ کچھ نہیں وی بچہ کچھ نہیں وی بھرا کو کوئی او جی زمین کیتی ہے بھیڑ دا بچہ کچھ نہیں وی اکھ چا کے میرے پاس دیکھی نیڑے لگدا پیاں ابا تیرا حکم آ جی بھیڑ دا بچہ کچھ نہیں وی بھرا کروں دی بیٹھی ہے روندی بیٹھی آئی ہن بزرگ ذاکر پڑھدے رہنے ہیں جی آپے اٹھی یا اٹھائی گئی بولو ہائے ہائے سرگودی والے بولو آپے اٹھی یا اٹھائی گئی جی اٹھائی گئی ہے ہن پردہ میں کیویں پاواں سیداں غلام باز اون ویلے اٹھی دھی علی دی جڑے ویلے لباس دا رنگ سرخ تھا میرے پاس نے کیا روبر والا جڑے ویلے لباس دا رنگ سرخ تھا آواز آئی بھیڑ مر وی بھیڑ دی مجبوری بن گئی ہے اٹھائی گئی اٹھائی گئی ہوں بھائی علی رضا او سرگوتے والے سادہ دا کرا فقیر میرے پاس نے کی مطمئن تھی کہ یا گل سن تو بہن پڑا بی بی دی خیرات دیکھ جی ہن اے جاگیر ہے ٹھیک ہے کئی دی جاگیر ہے آشو صاحب آدھرا نا کئی دی جاگیر ہے کئی مسافر کو ماریا بنے ہائے ہائے تو او مسافر کئی کو بلیں دے اتنی مجمع ساتھ دے بے ہاتھا او کئی کو گلے سی مسافر جاگیر دے مالک کو گلے سی تے گلا دے سی اکسی تیری جاگیر میں کم ماریا گئے جڑے ویلے بی بی کو اٹھایا گئے کہیں دی لاش تے نہیں گئی اون دی لاش تے آئیے جند نامے جاگیر آئی بی بی اکبر دی لاش تے یا نکھنی ہے آواز آئیے او میڈا پتر اکبر ذرا دیکھ تا سہی تے دی لاش تے اندر کے آئی کھڑیا میڈا پتر اکبر ماتم کر رمڑے رمڑے صدقے تھی پاواں صدقے تھی پاواں او کھڑ کے رومن والے لوگو او مجا تھیا او مجا ماما حسین دی دھی دا وین پڑدا جناب کبرا جناب کبرا دا وین ہے آواز یہ پھپھی میں کوئی اجازت دے میں بھرا نال اک گل کرے لیا اے جاگیر دا مالک آواز اے آو میری بیوا دھی آواز اے آ کبرا بھرا نال جو کچھ آکھنا چاہنی آکھ بی بی ان کھڑی اے آسوی مرحوم نے ست لکھی اے حسین دی دھی دا بہن اے جانی پھر بھرا دی لاش اتے آکھ جیما کہی دی آس اُتے ارمان ہے پیکھی نگری وچ میں اپنا دا چلو تئی کھڑیا ارمان ہے پیکھی نگری وچ میں اپنا دا حوصلے نال
ਬੀਬੀ ਥੋੜੀ ਮਨਲੂਕ ਫਰਮਾਵੇ ਉਹ ਪੂਰਾ ਮਜਮਾ ਮੈਂ ਆਪਣਾ ਦਾਜ ਲੁੱਟਾਈ ਖੜੀ ਆ ਮੇਰੇ ਪਾਤੇ ਬਜ਼ੁਰਗ ਮੈਂ ਕਿਆ ਪੜਾ ਓ ਮੋਮਨੋ ਮਤਮੈਨ ਠੀਕ ਸੁਣ ਮਤਮੈਨ ਠੀਕ ਵਾ ਦੇਖ ਬੀਬੀ ਦੀ ਦਰ ਦੀ ਖੈਰਾ ਮਤਮੈਨ ਠੀਕ ਹੈ ਭਈਆ ਲੱਲਾ ਇਹ ਹੁਸੈਨ ਦੀ ਵੱਡੀ ਧੀ ਦਵੈ ਹੁਣ ਇਹ ਛੋਟੀ ਧੀ ਦਵੈ ਜਿਹਦੇ ਕੰਨਾਂ ਤੂੰ ਖੂਨ ਹੈ ਆਵਾਜ਼ ਇਹ ਫੁੱਫੀ ਮੈਂ ਅਗਰ ਭਰਾ ਨਾਲ ਗੱਲ ਕਰਾਂ ਸ਼ਿਮਰ ਮੈਕ ਮਰੇ ਸੀ ਤਾਂ ਨਾ ਹਾਏ 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 ਮੇਰਾ ਅੱਲਾ ਉਹ ਨੌਜਵਾਨ ਉਹ ਪੂਰਾ ਮਜਵਾ ਕੋ ਕਰਬਲਾ ਬਣ ਗਈ ਹੈ ਮੇਰੇ ਪਤੜੇ ਕੀ ਬੀਬੀਆਂ ਦੇ ਸਕੀਨਾ ਵਨ 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 ਮੈਂ ਜਮਾ ਬੀਬੀਆਂ ਦੇ ਮੈਂ ਜਮਾਨਾ ਤਰੇ ਹਾਏ ਹੁਸੈਨ ਦੀ ਧੀ ਟੁਰ ਪਈ ਏ ਟੁਰ ਪਈ ਏ ਬਈ ਅਲੀ ਰਜ਼ਾ ਇਹ ਚੀਜ਼ਾਂ ਕਈ ਕੁ ਸਮਝਾਉਂ ਕਿਵੇਂ ਸਮਝਾਉਂ ਬਾਬਾ ਸਰਕਾਰ ਹੁਣ ਆਸ਼ੀਸ਼ ਸਾਹਿਬ ਪੜ੍ਹਦਾ ਨਾ ਹੁਸੈਨ ਦਾ ਬਹੁ ਸੋਹਣਾ ਪੁੱਤਰਾ ਅਲੀ ਅਕਬਰ ਇਹ ਭੇਣ ਜੋ ਟੁਰੀ ਏ ਛੋਟੀ ਕਿਆ ਚੁੰਮੀਸ ਚਿਹਰਾ ਨਾ ਲਾਂਦੀ ਬਸ ਨਾ ਸਰ ਨਾ ਹੱਥ ਨਾ ਪੇਟ ਨਾ ਓਏ ਜਮਾਨੋ ਤੁਸੀਂ ਮੇਰੇ ਤਸਵਾਰ ਕਰੋ ਹੁਸੈਨ ਦੀ ਧੀ ਸੋਹਣੇ ਫਿਰਾ ਦੀ ਚੁੰਮੀ ਕਿਹੜੀ ਸ਼ਾਇ ਚੁੰਮੀ ਕਿਹੜੀ ਸ਼ਾਇ ਰੱਖਿਆ ਜ਼ਖਮ ਤੇ ਮੂੰਹ ਮਾਸੂਮਾ ਹਾਏ 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 ਇੱਕ ਵੇਣ ਕਿਤਾ ਮਜ਼ਲੂਮਾ ਨੇ ਮੈਂ ਕੁਛ ਮੇਰੇ ਤਮਾਚੇ ਕਿਉਂ ਮਾਰੇ ਅਜੇ ਨਹੀਂ ਰੋ ਸਕਦਾ ਆਖਰੀ ਸੱਤਰ ਪੜੀ ਬਣ ਪੜੀ ਬਣ ਆਖਰੀ ਸੱਤਰ ਪੜਾ ਸੱਤਰ ਆਖਰੀ ਮਤ ਅਕਬਰ ਦੀ ਅੰਮਾ ਆਖੇ ਸਾਰਿਆਂ ਦੇ ਭੈਣ ਪੜੇ ਨੀ ਮੇਰੇ ਭੈਣ ਨੀ ਵੀ ਪੜਿਆ ਹਾਏ ਲਿਖਣ ਵਾਲੇ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ ਅਲੀ ਅਕਬਰ ਦੀ ਅੰਮਾ ਅਲੀ ਅਕਬਰ ਦੀ ਅੰਮਾ ਆ ਖੜੀਏ ਪੁੱਤਰ ਦੀ ਲਾਸ਼ ਤੇ ਬੀਬੀ ਬੀਬੀ ਰੂਣਾ ਥੋੜੀ ਰੂਣੀ ਥੋੜੀ ਹੈ ਬਈ ਰਜ਼ਾ ਥੋੜੀ ਰੂਣੀ ਹੈਰਾਨ ਜ਼ਿਆਦਾ ਥਈ ਹੈ ਹੈਰਾਨ ਅੰਗੁਸ਼ਤ ਬਦਨ ਦਾ ਹੋ ਕੇ ਪੁੱਤਰ ਤੇ ਪਈ ਦੀ ਬੁਲਾ ਦਾੜੀ ਚੁਮਕੇ ਆਵਾਜ਼ ਆਈ ਅਕਬਰ ਤੇ ਕੁ ਪੁੱਤਰ ਨਾ ਮੈਂ ਪਰ ਨਾ ਸਕੀਓ ਹਾਏ ਹਾਏ ਨਾ ਸੇਰਾ ਸਗਨ ਦਾ ਪਾ ਸਕੀਓ ਮੈਂ ਕੋ ਅੰਮਾ ਸਾਡੇ ਕੇ ਗੱਲ ਨਾਲ ਨਾ ਮੈਂ ਬੋਲਣ ਦਿੱਤਾ ਗਿਲਾ ਹੈ ਖੜੀਆਂ ਮੈਂ ਕੋ ਅੰਮਾ ਸਾਡੇ ਕੇ ਗੱਲ ਨਾਲ ਨਾ ਮਾਜਬ ਕਰ